ਅਸੀਂ ਪਿੱਛੇ ਐਗਜੈਕਟਿਵ ਜਿੱਦਣ ਸਾਡੀ ਹੋਈ ਸੀ ਐਗਜੈਕਟਿਵ ਦੇ ਵਿੱਚ ਅਸੀਂ ਮਤਾ ਵੀ ਪਾਇਆ ਸੀ ਵੀ ਕੋਈ ਵੀ VIP ਡਿਗਨੇਟਰੀ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਂਦਾ ਤੇ ਸੰਗਤ ਨੂੰ ਬਿਲਕੁਲ ਪਰੇਸ਼ਾਨੀ ਨਾ ਕੀਤੀ ਜਾਵੇ। ਉਹਦੇ ਵਿੱਚ ਅਸੀਂ ਇਹ ਵੀ ਕਿਹਾ ਵੀ ਜਿਹੜਾ ਪ੍ਰਕਰਮਾਂ ਦੇ ਵਿੱਚ ਕਿਸੇ ਵੀ ਪ੍ਰਕਰਮਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਫਿਲਮਾਂਕਣ ਨਾ ਕੀਤਾ ਜਾਵੇ ਔਰ ਸੰਗਤ ਨੂੰ ਚਿੱਚੇ ਤੌਰ ਦੇ ਉੱਤੇ ਕੋਈ ਅਸੁਵਿਧਾ ਨਹੀਂ ਹੋਣੀ ਚਾਹੀਦੀ। ਤੇ ਮੈਂ ਸਮਝਦਾ ਇਹ ਕੱਲ ਤੱਕ ਜਿਹੜੇ ਲੋਕਾਂ ਨੂੰ ਨਸੀਹਤਾਂ ਦੇਣ ਵਾਲੇ ਲੋਕ ਅੱਜ ਆਪ ਹੀ ਜਾਵਰ ਰੂਪ ਬਣ ਕੇ ਗੁਰੂ ਘਰਾਂ ਦੇ ਵਿੱਚ ਵਿਚਰਦੇ ਆ ਤੇ ਸੰਗਤਾਂ ਦੇ ਵਿੱਚ ਪਰੇਸ਼ਾਨੀ ਹੁੰਦੀ, ਉਹ ਵੀ ਉਸ ਪਵਿੱਤਰ ਦਿਨ ਦੇ ਉੱਤੇ ਜਿਸ ਦਿਨ ਹਰ ਇੱਕ ਦੀ ਆਸਥਾ ਹੁੰਦੀ ਆ ਵੀ ਮੈਂ ਇੱਕ ਵਾਰੀ ਗੁਰਦੁਆਰੇ ਤੇ ਜਾ ਕੇ ਗੁਰੂ ਰਾਮਦਾਸ ਦੇ ਦਰ ਦੇ ਜਾ ਕੇ ਨਮਸਕਾਰ ਕਰਨੀ ਆ, ਫਿਰ ਮੈਂ ਸਮਝਦਾ ਘਟਨਾ ਜਿਹੜੀ ਆ ਉਸ ਦਿਨ ਨੂੰ ਚੁਣਨਾ ਫਿਰ ਸੰਗਤ ਨੂੰ ਪਰੇਸ਼ਾਨੀ ਕਰਨੀ। ਚਲੋ ਗੁਰੂ ਘਰ ਤਾਂ ਆਉਣਾ ਚਾਹੀਦਾ ਵੀ ਆ, ਉੱਥੇ ਨਵਾਣੇ ਸਿੱਖ ਭਜਵਾਉਣਾ ਚਾਹੀਦਾ, ਨਾ ਕਿ ਉੱਥੇ ਫਿਰ ਜਿੱਦਾਂ ਲੋਕਾਂ ਨੂੰ ਪਰੇਸ਼ਾਨੀ ਕਰਦੇ ਆ, ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਤਾਂ ਫਿਰ ਲੋਕਾਂ ਦੀਆਂ ਵੀ ਦਰਸੀਸਾਂ ਲੈਣ ਵਾਲੀ ਗੱਲ ਹੈ। ਅਸੀਂ ਪਿੱਛੇ ਐਗਜੈਕਟਿਵ ਜਿੱਦਣ ਸਾਡੀ ਹੋਈ ਸੀ ਐਗਜੈਕਟਿਵ ਦੇ ਵਿੱਚ ਅਸੀਂ ਮਤਾ ਵੀ ਪਾਇਆ ਸੀ ਵੀ ਕੋਈ ਵੀ VIP ਡਿਗਨੇਟਰੀ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਂਦਾ ਤੇ ਸੰਗਤ ਨੂੰ ਬਿਲਕੁਲ ਪਰੇਸ਼ਾਨੀ ਨਾ ਕੀਤੀ ਜਾਵੇ। ਉਹਦੇ ਵਿੱਚ ਅਸੀਂ ਇਹ ਵੀ ਕਿਹਾ ਵੀ ਜਿਹੜਾ ਪ੍ਰਕਰਮਾਂ ਦੇ ਵਿੱਚ ਕਿਸੇ ਵੀ ਪ੍ਰਕਰਮਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਫਿਲਮਾਂਕਣ ਨਾ ਕੀਤਾ ਜਾਵੇ ਔਰ ਸੰਗਤ ਨੂੰ ਚਿੱਚੇ ਤੌਰ ਦੇ ਉੱਤੇ ਕੋਈ ਅਸੁਵਿਧਾ ਨਹੀਂ ਹੋਣੀ ਚਾਹੀਦੀ। ਤੇ ਮੈਂ ਸਮਝਦਾ ਇਹ ਕੱਲ ਤੱਕ ਜਿਹੜੇ ਲੋਕਾਂ ਨੂੰ ਨਸੀਹਤਾਂ ਦੇਣ ਵਾਲੇ ਲੋਕ ਅੱਜ ਆਪ ਹੀ ਜਾਵਰ ਰੂਪ ਬਣ ਕੇ ਗੁਰੂ ਘਰਾਂ ਦੇ ਵਿੱਚ ਵਿਚਰਦੇ ਆ ਤੇ ਸੰਗਤਾਂ ਦੇ ਵਿੱਚ ਪਰੇਸ਼ਾਨੀ ਹੁੰਦੀ, ਉਹ ਵੀ ਉਸ ਪਵਿੱਤਰ ਦਿਨ ਦੇ ਉੱਤੇ ਜਿਸ ਦਿਨ ਹਰ ਇੱਕ ਦੀ ਆਸਥਾ ਹੁੰਦੀ ਆ ਵੀ ਮੈਂ ਇੱਕ ਵਾਰੀ ਗੁਰਦੁਆਰੇ ਤੇ ਜਾ ਕੇ ਗੁਰੂ ਰਾਮਦਾਸ ਦੇ ਦਰ ਦੇ ਜਾ ਕੇ ਨਮਸਕਾਰ ਕਰਨੀ ਆ, ਫਿਰ ਮੈਂ ਸਮਝਦਾ ਘਟਨਾ ਜਿਹੜੀ ਆ ਉਸ ਦਿਨ ਨੂੰ ਚੁਣਨਾ ਫਿਰ ਸੰਗਤ ਨੂੰ ਪਰੇਸ਼ਾਨੀ ਕਰਨੀ। ਚਲੋ ਗੁਰੂ ਘਰ ਤਾਂ ਆਉਣਾ ਚਾਹੀਦਾ ਵੀ ਆ, ਉੱਥੇ ਨਵਾਣੇ ਸਿੱਖ ਭਜਵਾਉਣਾ ਚਾਹੀਦਾ, ਨਾ ਕਿ ਉੱਥੇ ਫਿਰ ਜਿੱਦਾਂ ਲੋਕਾਂ ਨੂੰ ਪਰੇਸ਼ਾਨੀ ਕਰਦੇ ਆ, ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਤਾਂ ਫਿਰ ਲੋਕਾਂ ਦੀਆਂ ਵੀ ਦਰਸੀਸਾਂ ਲੈਣ ਵਾਲੀ ਗੱਲ ਹੈ। ਅਸੀਂ ਪਿੱਛੇ ਐਗਜੈਕਟਿਵ ਜਿੱਦਣ ਸਾਡੀ ਹੋਈ ਸੀ ਐਗਜੈਕਟਿਵ ਦੇ ਵਿੱਚ ਅਸੀਂ ਮਤਾ ਵੀ ਪਾਇਆ ਸੀ ਵੀ ਕੋਈ ਵੀ VIP ਡਿਗਨੇਟਰੀ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਂਦਾ ਤੇ ਸੰਗਤ ਨੂੰ ਬਿਲਕੁਲ ਪਰੇਸ਼ਾਨੀ ਨਾ ਕੀਤੀ ਜਾਵੇ। ਉਹਦੇ ਵਿੱਚ ਅਸੀਂ ਇਹ ਵੀ ਕਿਹਾ ਵੀ ਜਿਹੜਾ ਪ੍ਰਕਰਮਾਂ ਦੇ ਵਿੱਚ ਕਿਸੇ ਵੀ ਪ੍ਰਕਰਮਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਫਿਲਮਾਂਕਣ ਨਾ ਕੀਤਾ ਜਾਵੇ ਔਰ ਸੰਗਤ ਨੂੰ ਚਿੱਚੇ ਤੌਰ ਦੇ ਉੱਤੇ ਕੋਈ ਅਸੁਵਿਧਾ ਨਹੀਂ ਹੋਣੀ ਚਾਹੀਦੀ। ਤੇ ਮੈਂ ਸਮਝਦਾ ਇਹ ਕੱਲ ਤੱਕ ਜਿਹੜੇ ਲੋਕਾਂ ਨੂੰ ਨਸੀਹਤਾਂ ਦੇਣ ਵਾਲੇ ਲੋਕ ਅੱਜ ਆਪ ਹੀ ਜਾਵਰ ਰੂਪ ਬਣ ਕੇ ਗੁਰੂ ਘਰਾਂ ਦੇ ਵਿੱਚ ਵਿਚਰਦੇ ਆ ਤੇ ਸੰਗਤਾਂ ਦੇ ਵਿੱਚ ਪਰੇਸ਼ਾਨੀ ਹੁੰਦੀ, ਉਹ ਵੀ ਉਸ ਪਵਿੱਤਰ ਦਿਨ ਦੇ ਉੱਤੇ ਜਿਸ ਦਿਨ ਹਰ ਇੱਕ ਦੀ ਆਸਥਾ ਹੁੰਦੀ ਆ ਵੀ ਮੈਂ ਇੱਕ ਵਾਰੀ ਗੁਰਦੁਆਰੇ ਤੇ ਜਾ ਕੇ ਗੁਰੂ ਰਾਮਦਾਸ ਦੇ ਦਰ ਦੇ ਜਾ ਕੇ ਨਮਸਕਾਰ ਕਰਨੀ ਆ, ਫਿਰ ਮੈਂ ਸਮਝਦਾ ਘਟਨਾ ਜਿਹੜੀ ਆ ਉਸ ਦਿਨ ਨੂੰ ਚੁਣਨਾ ਫਿਰ ਸੰਗਤ ਨੂੰ ਪਰੇਸ਼ਾਨੀ ਕਰਨੀ। ਚਲੋ ਗੁਰੂ ਘਰ ਤਾਂ ਆਉਣਾ ਚਾਹੀਦਾ ਵੀ ਆ, ਉੱਥੇ ਨਵਾਣੇ ਸਿੱਖ ਭਜਵਾਉਣਾ ਚਾਹੀਦਾ, ਨਾ ਕਿ ਉੱਥੇ ਫਿਰ ਜਿੱਦਾਂ ਲੋਕਾਂ ਨੂੰ ਪਰੇਸ਼ਾਨੀ ਕਰਦੇ ਆ, ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਤਾਂ ਫਿਰ ਲੋਕਾਂ ਦੀਆਂ ਵੀ ਦਰਸੀਸਾਂ ਲੈਣ ਵਾਲੀ।